ਵਿਸ਼ਵ ਸਾਈਕਲ ਦਿਵਸ ਮੌਕੇ ਆਜ਼ਾਦੀ ਦਾ ਅੰਮ੍ਰਿਤ ਮੌਸਮ ਦੀ ਲੜੀ ਤਹਿਤ ਅੱਜ ਜਲੰਧਰ ਵਿੱਚ ਵੀ ਨਹਿਰ ਯੂਵਾ ਕੇਂਦਰ ਵੱਲੋਂ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਜ਼ਿਲ੍ਹੇ ਦੇ ਵਿਧੀਕ ਡਿਪਟੀ ਕਮਿਸ਼ਨਰ ਵਿਕਾਸ ਮਰਿੰਦਰਪਾਲ ਸਿੰਘ ਬਾਜਵਾ ਤੇ ਐਸਟੀਐਮ ਬਲਬੀਰ ਰਾਜੇ ਸਿੰਘ ਨੇ ਇਸ ਨੂੰ ਝੰਡੀ ਦਿਖਾਈ ਇੱਕ ਰਿਪੋਰਟ ਸਾਈਕਲ ਰੈਲੀ ਵਿੱਚ ਹਿੱਸਾ ਲੈਂਦੇ ਇਹ ਸਾਈਕਲ ਸਵਾਰ ਮੌਕੇ ਆ ਵਿਸ਼ਵ ਸਾਈਕਲ ਦਿਵਸ ਦਾ ਇਸ ਰੈਲੀ ਦਾ ਗਵਾਹ ਬਣਿਆ ਜਲੰਧਰ ਦਾ ਪੰਜਾਬ ਸਟੇਟ ਵਾਰ ਮੈਮੋਰੀਅਲ ਜਲੰਧਰ ਜਲੰਦੇ ਵਿਧਿਕ ਡਿਪਟੀ ਕਮਿਸ਼ਨਰ ਵਿਕਾਸ ਵਰਿੰਦਰ ਪਾਲ ਸਿੰਘ ਬਾਜਵਾ ਨੇ ਇਸ ਸਾਈਕਲ ਰੈਲੀ ਨੂੰ ਝੰਡੀ ਦਿਖਾਈ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਦੀ ਲੜੀ ਤਹਿਤ ਆਯੋਜਿਤ ਇਸ ਰੈਲੀ ਨੇ ਤਕਰੀਬਨ 7.5 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਅਤੇ ਜਲੰਧਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦੀ ਹੋਈ ਵਾਪਸ ਮਾਰ ਮੈਮੋਰੀਅਲ ਵਿਖੇ ਖਤਮ ਹੋਈ ਰੈਲੀ ਵਿੱਚ ਵੱਖ-ਵੱਖ ਕਲਜਾਂ ਯੂਥ ਕਲੱਬਾਂ ਸਾਈਕਲ ਕਲੱਬਾਂ ਅਤੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਹਿੱਸਾ ਲਿਆ ਵਰਿੰਦਰਪਾਲ ਸਿੰਘ ਬਾਜਵਾ ਨੇ ਸਾਰਿਆਂ ਨੂੰ ਸਿਹਤ ਬਣਾਉਣ ਲਈ ਸਾਈਕਲ ਚਲਾਉਣ ਵਾਸਤੇ ਪ੍ਰੇਰਿਆ ਜਿੱਦਾਂ ਸਾਡਾ এনवायरमेंट ਚੇਂਜ ਹੋ ਰਿਹਾ ਹੈਗਾ ਗਲੋਬਲ ਵਾਰਮਿੰਗ ਹੈਗੀ ਹੈ ਇੱਕ ਸੰਦੇਸ਼ ਹੈਗਾ ਕਿ ਅਸੀਂ ਜਿਹੜੀਆਂ ਆਪਣਾ ਫਿਜ਼ੀਕਲ ਐਕਸਰਸਾਈਜ਼ ਔਰ ਇਹ ਚੀਜ਼ਾਂ ਜਿਹੜੀਆਂ ਆਇਸਾ-ਐਸਾ ਤੋਂ ਦੂਰ ਹੋਈ ਜਾ ਰਹੇ ਹਨ ਜਿਸ ਦੇ ਨਾਲ ਧਰਤੀ ਤੇ ਅਸਰ ਪੈਂਦਾ ਹੈਗਾ ਆਪਣੀ ਸਿਹਤ ਤੇ ਵੀ ਅਸਰ ਪੈ ਰਿਹਾ ਸੋ ਇਸ ਚੀਜ਼ ਨੂੰ ਅਵੇਅਰ ਕਰਨ ਵਾਸਤੇ ਲੋਕਾਂ ਦੇ ਵਿੱਚ ਔਰ ਪਬਲਿਕ ਦੇ ਵਿੱਚ ਇਹ ਅਸੀਂ ਰੈਲੀ ਕੀਤੀ ਹੈਗੀ ਇਸ ਰੈਲੀ ਵਿੱਚ ਹਿੱਸਾ ਲੈਣ ਵਾਲੇ ਜਸਵੰਤ ਰਾਏ ਸਮੇਤ ਹੋਰਨਾ ਸਾਈਕਲਿਸਟਾਂ ਵਿੱਚ ਕਾਫੀ ਉਤਸ਼ਾਹ ਦਿਖਾਈ ਦਿੱਤਾ ਅਤੇ ਸਾਈਕਲ ਵਾਸਤੇ ਸੜਕਾਂ ਤੇ ਇੱਕ ਵੱਖਰੇ ਟਰੈਕ ਦਾ ਸੁਝਾਅ ਇਹਨਾਂ ਸਾਈਕਲ ਸਵਾਰਾਂ ਨੇ ਦਿੱਤਾ ਸਰਕਾਰ ਦੇ ਅੱਗੇ ਅਪੀਲ ਹੈ ਜਿੱਦਾਂ ਟਰੈਕਸ ਵਗੈਰਾ ਸਪੈਸ਼ਲ ਬਣਾਏ ਜਾਣ ਸਾਈਕਲਿਸਟ ਵਾਸਤੇ ਤਾਂ ਕਿ ਜਦੋਂ ਆਪਾਂ ਸਾਈਕਲਿੰਗ ਕਰਨ ਨਿਕਲਦੇ ਹਾਂ ਤਾਂ ਸਾਨੂੰ ਕਾਫੀ ਜ਼ਿਆਦਾ ਐਕਸੀਡੈਂਟਸ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਂ ਪ੍ਰੋਬਲਮਸ ਆਉਂਦੀਆਂ ਪਰ ਜੇ ਸਰਕਾਰ ਟਰੈਕ ਬਣਾਏਗੀ ਤੇ ਸਾਨੂੰ ਕਾਫੀ ਜ਼ਿਆਦਾ ਜਿਹੜੀ ਵਧੀਆ ਰਹੇਗਾ ਔਰ ਸਾਡੀ ਸਿਹਤ ਦੇ ਵਿੱਚ ਵੀ ਕਾਫੀ ਜ਼ਿਆਦਾ ਸੁਧਾਰ ਆਏਗਾ। ਨਹਿਰੂ ਯੁਵਾ ਕੇਂਦਰ ਦੇ ਲੇਖਾ ਤੇ ਪ੍ਰੋਗਰਾਮ ਸਹਾਇਕ ਰਿਸ਼ੀਵ ਸਿੰਘਲਾ ਸਮੇਤ ਕਈ ਹੋਰ ਸ਼ਖਸੀਅਤਾਂ ਇਸ ਮੌਕੇ ਹਾਜ਼ਰ ਸਨ। ਸੁਤੰਤਰ ਨਾਲ ਸ਼ਿਸ਼ੂ ਸ਼ਰਮਾ ਸ਼ਾਂਤਲ ਦੂਰਦਰਸ਼ਨ ਸਮਾਚਾਰ ਜਲੰਧਰ